ਸਤਿ ਸ਼੍ਰੀ ਅਕਾਲ ਜੀ। ਆਓ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਗਰ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਸੰਮਤੀ ਦੇ ਨਾਲ ਮੈਨੂੰ ਸਰਪੰਚ ਬਣਾਇਆ ਹੈ। ਹੁਣ ਇਸ ਵਿਕਾਸ ਬਾਰੇ ਅਸੀਂ ਗੱਲ ਕਰਦੇ ਹਾਂ ਵੀ ਬਹੁਤ ਵਧੀਆ, ਅਸੀਂ ਇਹੋ ਪਰਮਾਤਮਾ ਕੋਲੋਂ ਮੰਗਦੇ ਹਾਂ ਕਿ ਵੀ ਬਹੁਤ ਵਧੀਆ ਵਿਕਾਸ ਪਿੰਡ ਦਾ ਹੋਵੇ ਅਤੇ ਪਿੰਡ ਦਾ ਬਹੁਤ ਵਧੀਆ ਹੋਵੇ, ਪਿੰਡ ਦੀ ਸੁਭਾ ਹੋਵੇ। ਅਸੀਂ ਇਹੋ ਕਹਿੰਦੇ ਹਾਂ ਵੀ ਸਟੇਡੀਅਮ ਬਣੇ ਸਾਡੇ ਪਿੰਡ ਦੇ ਵਿੱਚ, ਛੱਪੜ ਦੀ ਸਫਾਈ ਹੋਵੇ ਜਿੱਥੇ ਬੱਚੇ ਖੇਡਣ ਅਤੇ ਕਿਸੇ ਨੂੰ ਬੱਚੇ ਬਿਮਾਰੀ ਵੀ ਨਾ ਕੋਈ ਲੱਗੇ। ਅਤੇ ਅਸੀਂ ਇਹੋ ਆਖਣਾ ਚਾਹੁੰਦੇ ਹਾਂ ਵੀ ਮਹਾਰਾਜ ਵੀ ਇਹਨਾਂ ਦੀ ਚੜ੍ਹਦੀ ਕਲਾ ਕਰੇ ਪਿੰਡ ਦੀ ਵੀ, ਉਦੋਂ ਵੱਧ ਸਰਕਾਰ ਦੀ ਜਿਨ੍ਹਾਂ ਸਾਨੂੰ ਗੜੀ ਪਹਿਲ ਦਿੱਤੀ ਹਨ। ਇਹਦੇ ਨਾਲ ਜੀ ਸਾਨੂੰ ਬਹੁਤ ਬਿਮਾਰੀਆਂ ਫੈਲ ਰਹੀਆਂ ਜੀ, ਘਰਾਂ ਦਾ ਨੁਕਸਾਨ, ਬਿਮਾਰੀਆਂ ਬਹੁਤ ਫੈਲ ਰਹੀਆਂ ਜੀ। ਪਹਿਲਾਂ ਕੋਈ ਸਫਾਈ ਨਹੀਂ ਹੋਈ, ਸਫਾਈਆਂ ਹੋਈਆਂ ਜੀ, ਫਿਰ ਹੋ ਜਾਂਦਾ ਜੇ ਪਾਣੀ ਵਿੱਚ ਰਹਿੰਦਾ ਜੇ ਕਢਾਈ ਆ। ਹੁਣ ਤੁਸੀਂ ਸਫਾਈ ਕਰਾਓ ਪਹਿਲ ਦੇ ਆਧਾਰ ਤੇ। ਹਾਂਜੀ, ਅਸੀਂ ਸਫਾਈ ਵੀ ਕਰਾਵਾਂਗੇ, ਨਰੇਗਾ ਵਾਲੇ ਲਾਵਾਂਗੇ, ਸਫਾਈ ਕਰਾਵਾਂਗੇ ਜਿੱਥੇ ਜਿੱਥੇ ਵੀ ਹੋਣ ਵਾਲੀ ਆ। ਆਲਾ ਦੁਆਲਾ ਪਿੰਡ ਦਾ ਬਹੁਤ ਵਧੀਆ ਅਸੀਂ ਬਣਾਉਣਾ ਚਾਹੁੰਦੇ ਹਾਂ। ਗੌਰਮੈਂਟ ਕੋਲ ਕੀ ਡਿਮਾਂਡ ਕਰਦੇ, ਕੀ ਕਹਿਣਾ ਚਾਹੁੰਦੇ? ਗੌਰਮੈਂਟ ਸਾਨੂੰ ਪੈਸਾ ਦੇਗੀ ਤੇ ਅਸੀਂ ਫੇਰ ਹੀ ਗੜੀ ਲਗਾਵਾਂਗੇ ਨਾ। ਪਹਿਲਾਂ ਕੋਈ ਜ਼ਿਆਦਾ ਪੰਚਾਇਤੀ ਫੰਡ, ਕੋਈ ਪਿਆ ਹੋਵੇ ਪੁਰਾਣਾ ਪਛਾਤੀ ਫੰਡ ਜੀ? ਬਹੁਤ ਉਹਨਾਂ ਨੇ ਬਹੁਤ ਵਧੀਆ ਬਣਾਇਆ ਵਾ, ਉਹਨਾਂ ਨੇ ਲਾਹ ਦਿੱਤੇ ਆ ਪੈਸੇ। ਠੀਕ ਹੈ ਜੀ। ਹਾਂਜੀ, ਹੋਰ ਕੋਈ ਕਮੀ ਪੇਸ਼ੀ ਤੁਹਾਡੇ ਪਿੰਡ ਦੀ? ਕਮੀ ਪੇਸ਼ੀਆਂ ਜੀ ਬਥੇਰੀਆਂ ਵਾ, ਹੁਣ ਸੜਕਾਂ ਬਣਨ ਵਾਲੀਆਂ ਵਾ, ਹੋਰ ਵੀ ਹੈਗੀਆਂ ਵਾ, ਕਮੀਆਂ ਪੇਸ਼ੀਆਂ ਤਾਂ ਪੂਰੀਆਂ ਹੁੰਦੀਆਂ ਨਹੀਂ ਗੀਆਂ, ਜਿਵੇਂ ਜਿਵੇਂ ਆਉਂਦੇ ਰਹਿਣਗੇ। ਹਾਂਜੀ, ਅਜੇ ਤਾਂ ਚਾਲੂ ਹੀ ਨਹੀਂ ਹੋਇਆ ਸਾਡੇ ਪਿੰਡ 'ਚ ਕੰਮ। ਅੱਜ ਕੋਈ ਮੀਟਿੰਗ ਹੋਈ ਅੱਜ? ਹਾਂਜੀ, ਸੈਕਟਰੀ ਸਾਹਿਬ ਆਏ ਸੀਗੇ, ਹੁਣ ਚਲੋ ਸਾਡੇ ਨਾਲ ਮੀਟਿੰਗ ਕਰਕੇ ਗਏ ਆ। ਕਿਹੜੇ ਮੁੱਦੇ ਤੇ ਹੋਈ ਮੀਟਿੰਗ? ਪਿੰਡ ਦੇ ਨਾਲ, ਪਿੰਡ ਦੇ ਮੁੱਦੇ 'ਤੇ ਹੀ ਹੋਈ ਆ ਕਿ ਪਿੰਡ ਦਾ ਆਪਾਂ ਚਾਲੂ ਕਰਾਂਗੇ। ਇੱਕ ਸਾਨੂੰ ਜੀ ਸਰਕਾਰੀ ਡਿਸਪੈਂਸਰੀ ਚਾਹੀਦੀ ਇੱਥੇ। ਡਿਸਪੈਂਸਰੀ ਹੈ ਨਹੀਂ ਪਹਿਲਾਂ ਇੱਥੇ? ਹਾਂਜੀ, ਨਹੀਂ ਇੱਥੇ ਸਾਡੇ ਆ ਤਿੰਨਾਂ ਪਿੰਡਾਂ ਦੇ ਵਿੱਚ ਹੈ ਨਹੀਂ ਜੀ। ਹਾਂਜੀ, ਇੱਥੇ ਰੋਡ ਦੇ ਉੱਪਰ ਹੋਵੇ, ਹਰ ਕੋਈ ਆਉਂਦਾ ਜਾਂਦਾ ਦਵਾਈ ਲਵੇ। ਪਹਿਲਾਂ ਕਦੀ ਕਿਸੇ ਡਿਮਾਂਡ ਨਹੀਂ ਕੀਤੀ ਤਿੰਨਾਂ ਪਿੰਡ ਜਾਓ? ਹਾਂਜੀ, ਨਹੀਂ ਉਹਦਾ ਉਹਦਾ ਹੱਲ ਵਾ ਜੀ, ਬੜੀ ਦੂਰ ਜਾਣਾ ਪੈਂਦਾ ਸਾਨੂੰ, ਬੜੀ ਮੁਸ਼ਕਲ ਹੁੰਦੀ ਆ, ਅਤੇ ਸਾਨੂੰ ਇਹ ਜ਼ਰੂਰੀ ਆ, ਡਿਸਪੈਂਸਰੀ ਦੀ ਸਾਨੂੰ ਜ਼ਰੂਰੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਪੰਚ ਰਾਮ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪਿੰਡ 'ਚ ਡਿਸਪੈਂਸਰੀ ਦੀ ਬਹੁਤ ਪ੍ਰੋਬਲਮ ਹੈ। ਛੱਪੜ ਦੀ ਨਿਕਾਸੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ, ਛਾਏ ਦੀ ਨਿਕਾਸੀ ਦਾ ਸਭ ਤੋਂ ਪਹਿਲਾਂ ਨਿਕਾਸੀ ਜਿਹੜੀ ਇਹਦੀ ਕਰਵਾਈ ਜਾਵੇਗੀ। ਗਵਰਨਮੈਂਟ ਡਿਮਾਂਡ ਕਰਦੇ ਕਿ ਤਿੰਨਾਂ ਪਿੰਡਾਂ ਕੋਲ ਡਿਸਪੈਂਸਰੀ ਨਹੀਂ ਹੈਗੀ, ਅਤੇ ਡਿਸਪੈਂਸਰੀ ਸਾਨੂੰ ਦਿੱਤੀ ਜਾਵੇ, ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਕੈਮਰਾ ਸੁਖਬੀਰ ਦੇ ਨਾਲ ਇਕਬਾਲ ਸਿੰਘ ਪੰਨੂ, ਪਿੰਡ ਥਾਣੇਵਾਲ।